ਆਪਾਂ ਬੂਟਿਆਂ ਨੂੰ ਉਵੇਂ ਵੀ ਲਾ ਸਕਦੇ ਸੀ ਜਿਵੇਂ ਪਹਿਲਾਂ ਜਿਹੜੇ ਗਮਲਿਆਂ ਵਿੱਚੋਂ ਬੂਟੇ ਕੱਢੇ ਆ, ਪਰ ਉਵੇਂ ਬੂਟੇ ਦੀ ਗਰੋਥ ਨਹੀਂ ਹੁੰਦੀ ਕਿਉਂਕਿ ਮਿੱਟੀ ਸਖਤ ਹੋ ਜਾਂਦੀ ਹੈ, ਤਾਂ ਇੱਕ ਜਿਵੇਂ ਐਂ ਜੜ੍ਹਾਂ ਵੀ ਪੁਰਾਣੇ ਬੂਟਿਆਂ ਦੀਆਂ ਰਹਿ ਜਾਂਦੀਆਂ ਜਿਹੜੀਆਂ ਕਿ ਬੂਟੇ ਨੂੰ ਵਧਣ ਫੁੱਲਣ ਨਹੀਂ ਦਿੰਦੀਆਂ। ਇਸ ਕਰਕੇ ਜਿਹੜਾ ਹੈਗਾ ਹੁਣ ਆਪਾਂ ਮਿੱਟੀ ਨੂੰ ਪਹਿਲਾਂ ਰੋਲਾਂਗੇ ਇਸ ਨੂੰ, ਅਤੇ ਆਪਾਂ ਰੂੜੀ ਦੀ ਖਾਦ ਜਿਹਨੂੰ ਗੋਬਰ ਦੀ ਖਾਦ ਵੀ ਕਹਿ ਦਿੰਦੇ ਹਾਂ ਉਹ ਵੀ ਥੋੜ੍ਹੀ ਥੋੜ੍ਹੀ ਮਿਕਸ ਕਰਾਂਗੇ, ਜਿਹਦੇ ਨਾਲ ਬੂਟੇ ਵਧੀਆ ਤਰੀਕੇ ਨਾਲ ਚੱਲਣਗੇ, ਉਹਨਾਂ ਦੀ ਵਧੀਆ ਗਰੋਥ ਹੋਊਗੀ। ਗਾਰਡਨਿੰਗ ਕਰਨਾ ਮੇਰਾ ਸ਼ੌਂਕ ਵੀ ਹੈ, ਮੇਰੀ ਹੌਬੀ ਵੀ ਹੈ, ਮੈਨੂੰ ਬਹੁਤ ਚੰਗਾ ਲੱਗਦਾ ਹੈ ਗਾਰਡਨਿੰਗ ਕਰਨਾ। ਹਾਂਜੀ ਦੋਸਤੋ, ਤੁਸੀਂ ਸੋਚਦੇ ਹੋਵੋਗੇ ਕਿ ਅਨੁਪਿੰਦਰ ਆਹ ਕੀ ਮਿੱਟੀ ਦੇ ਪਹਾੜ ਜੇ ਬਣਾਈ ਬੈਠੀ ਹੈ, ਤਾਂ ਅੱਜ ਆਪਾਂ ਨਵੇਂ ਪੌਦੇ ਲਾਉਣੇ ਨੇ ਤਾਂ ਕਰਕੇ ਆਪਾਂ ਗਮਲਿਆਂ ਵਿੱਚੋਂ ਮਿੱਟੀ ਕੱਢੀ ਹੈਗੀ। ਇਸ ਮਿੱਟੀ ਨੂੰ ਖਾਲੀ ਕਰਨ ਦੇ ਦੋ ਹੀ ਤਰੀਕੇ ਨੇ, ਜਾਂ ਤਾਂ ਸਾਰਾ ਦਿਨ ਖੁਰਪੀ ਲੈ ਕੇ ਮਿੱਟੀ ਖਾਲੀ ਕਰਦੇ ਰਹੀਏ, ਕੱਢਦੇ ਰਹੀਏ ਗਮਲੇ ਵਿੱਚੋਂ, ਜਾਂ ਫਿਰ ਐਂ ਗਮਲੇ ਨੂੰ ਮੁੱਦਾ ਮਾਰ ਲਈਏ ਅਤੇ ਫਿਰ ਉੱਤੋਂ ਥੋੜ੍ਹਾ ਥੋੜ੍ਹਾ ਥਾਪੜ ਦਈਏ, ਤਾਂ ਫਿਰ ਸਾਰਾ ਬਣਿਆ ਬਣਾਇਆ ਗਮਲਾ ਮਿੱਟੀ ਵਾਲਾ ਖਾਲੀ ਹੋ ਜਾਂਦਾ ਹੈ। ਇਹ ਉਵੇਂ ਹੀ ਹੈ ਜਿਵੇਂ ਆਪਾਂ ਬਚਪਨ ਦੇ ਵਿੱਚ ਮਿੱਟੀ ਦੇ ਗਲਾਸ ਜਾਂ ਬਾਟੀਆਂ ਬਣਾਉਂਦੇ ਸੀ, ਮਿੱਟੀ ਭਰ ਲੈਂਦੇ ਸੀ ਫਿਰ ਉਹਨੂੰ ਮੁੱਦਾ ਮਾਰ ਦਿੰਦੇ ਸੀ ਤਾਂ ਬਣਿਆ ਬਣਾਇਆ ਮਿੱਟੀ ਦਾ ਗਲਾਸ ਉਵੇਂ ਹੀ ਨਿਕਲ ਆਉਂਦਾ ਸੀ। ਉਵੇਂ ਹੀ ਮੈਂ ਆਪਦੇ ਗਮਲੇ ਖਾਲੀ ਕੀਤੇ ਆ, ਪੁਰਾਣੀ ਮਿੱਟੀ ਕੱਢ ਲਈ ਹੈ ਅਤੇ ਹੁਣ ਆਪਾਂ ਲਾਵਾਂਗੇ ਇਹਨਾਂ ਵਿੱਚ ਨਵੇਂ ਬੂਟੇ। ਆਪਾਂ ਨਾ ਗਮਲੇ ਦੇ ਵਿੱਚ ਉਵੇਂ ਵੀ ਬੂਟਾ ਲਾ ਸਕਦੇ ਸੀ, ਪਰ ਆਪਾਂ ਇਸ ਤਰ੍ਹਾਂ ਨਹੀਂ ਲਗਾਵਾਂਗੇ ਕਿਉਂਕਿ ਜਿਹੜੀ ਪਹਿਲਾਂ ਗਮਲੇ ਦੇ ਵਿੱਚ ਮਿੱਟੀ ਸੀ ਉਹ ਬਹੁਤ ਸਖਤ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਮਿੱਟੀ ਨੂੰ ਆਪਾਂ ਖਿਲਾਰਾਂਗੇ, ਚੰਗੀ ਤਰ੍ਹਾਂ ਮਿਕਸ ਕਰ ਲਾਂਗੇ, ਉਹਦੀ ਸਾਫ਼ ਸਫਾਈ ਕਰਾਂਗੇ, ਪੁਰਾਣੇ ਬੂਟਿਆਂ ਦੀਆਂ ਜਿਹੜੀਆਂ ਜੜ੍ਹਾਂ ਵਿੱਚ ਉਹ ਕੱਢ ਦਿਆਂਗੇ, ਮਿੱਟੀ ਨੂੰ ਹਵਾ ਲਵਾਵਾਂਗੇ। ਇਹ ਮੇਰੀ ਹੌਬੀ ਵੀ ਹੈ, ਮੇਰਾ ਪੈਸ਼ਨ ਵੀ ਹੈ। ਜਦੋਂ ਮੈਂ ਸੁਬਹਾ ਉੱਠਦੀ ਹਾਂ ਸਭ ਤੋਂ ਪਹਿਲਾਂ ਮੈਂ ਆਪਦੇ ਬੂਟੇ ਦੇਖਣ ਆਉਣੀ ਆ, ਉਸ ਤੋਂ ਬਾਅਦ ਹੀ ਮੈਂ ਚਾਹ ਪੀਂਦੀ ਹਾਂ। ਇੱਕ ਮੇਰਾ ਡੌਗੀ ਵੀ ਰੱਖਿਆ, ਉਹਨੂੰ ਵੀ ਮੈਂ ਸੁਬਹਾ ਸੁਬਹਾ ਦੇਖਦੀ ਹਾਂ, ਕਈ ਵਾਰੀ ਤਾਂ ਉਹ ਬਹੁਤ ਸ਼ਰਾਰਤਾਂ ਕਰਦਾ। ਮੈਨੂੰ ਗਾਰਡਨਿੰਗ ਕਰਨਾ ਬਹੁਤ ਚੰਗਾ ਲੱਗਦਾ, ਹੋਮ ਗਾਰਡਨਿੰਗ। ਮੇਰੇ ਘਰ ਬਹੁਤ ਤਰ੍ਹਾਂ ਦੇ ਬੂਟੇ ਲੱਗੇ ਨੇ, ਗ੍ਰੀਨਰੀ ਹੈ ਜਿਸ ਨੂੰ ਦੇਖ ਕੇ ਦਿਲ ਨੂੰ ਮਨ ਨੂੰ ਸਕੂਨ ਮਿਲਦਾ। ਮੇਰੇ ਘਰ ਬਹੁਤ ਸਾਰੇ ਫਰੂਟਸ ਦੇ ਬੂਟੇ ਵੀ ਲੱਗੇ ਨੇ, ਫਲਾਂ ਦੇ ਬੂਟੇ ਵੀ ਲੱਗੇ ਨੇ, ਆਲੂ ਬੁਖਾਰੇ ਲੱਗੇ ਨੇ, ਅਮਰੂਦ ਲੱਗੇ ਨੇ, ਸੰਤਰੇ ਲੱਗੇ ਨੇ, ਨਿੰਬੂ ਲੱਗੇ ਨੇ, ਨਾਸਪਾਤੀਆਂ ਦਾ ਬੂਟਾ ਵੀ ਅਸੀਂ ਲਾ ਰੱਖਿਆ, ਅੰਗੂਰਾਂ ਦੀ ਵੱਲ ਵੀ ਲੱਗੀ ਹੈ, ਅਨਾਰ ਵੀ ਲਾਏ ਨੇ ਜਿਨ੍ਹਾਂ 'ਤੇ ਫਲ ਵੀ ਲੱਗਦਾ ਹੈਗਾ ਅਤੇ ਬੜੇ ਪਿਆਰੇ ਲੱਗਦੇ ਨੇ। ਅਤੇ ਅਸੀਂ ਘਰ ਸਬਜ਼ੀ ਵੀ ਲਾ ਰੱਖੀ ਹੈ, ਸਾਡੇ ਘਰ ਸਾਰੇ ਤਰ੍ਹਾਂ ਦੀ ਸਬਜ਼ੀ ਵੀ ਲੱਗਦੀ ਹੈ। ਇਸ ਟਾਈਮ ਕੱਦੂ ਵੀ ਲੱਗ ਰਹੇ ਨੇ, ਤੋਰੀਆਂ ਵੀ ਲੱਗ ਰਹੀਆਂ ਨੇ, ਅਤੇ ਸਾਡੇ ਘਰ ਕੱਸੀ ਦਾ ਪਾਣੀ ਆਉਂਦਾ, ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਕੱਸੀ ਦਾ ਪਾਣੀ ਪਾਉਂਦੇ ਹਾਂ, ਤਾਂ ਕਰਕੇ ਵਧੀਆ ਸਬਜ਼ੀ ਲੈਂਦੀ ਹੈ। ਚੌਲੇ ਵੀ ਲੱਗੇ ਨੇ, ਭਿੰਡੀਆਂ ਵੀ ਲੱਗੀਆਂ ਨੇ ਇਸ ਟਾਈਮ। ਕੱਲ੍ਹ ਅਸੀਂ 7 ਤੋਂ 8 ਤਰ੍ਹਾਂ ਦੇ ਬੂਟੇ ਲਿਆਂਦੇ ਨੇ, ਤਕਰੀਬਨ ਇਹ ਸਾਰੇ ਬੂਟੇ ਇਨਡੋਰ ਹੀ ਨੇ। ਸਾਹਮਣੇ ਆਰਟੀਫਿਸ਼ਲ ਫੁੱਲਾਂ ਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਕਿ ਮੈਨੂੰ ਗਾਰਡਨਿੰਗ ਦਾ ਕਿੰਨਾ ਸ਼ੌਂਕ ਹੈ। ਜਦੋਂ ਫੁੱਲਾਂ ਦੀ ਰੁੱਤ ਵੀ ਨਹੀਂ ਹੁੰਦੀ ਉਦੋਂ ਵੀ ਮੈਨੂੰ ਇਹਨਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਕਈ ਵਾਰੀ ਇੰਨੀ ਗਰਮੀ ਪੈਂਦੀ ਆ ਜਾਂ ਇੰਨੀ ਠੰਡ ਪੈਂਦੀ ਆ, ਉਦੋਂ ਫੁੱਲ ਨਹੀਂ ਵੀ ਲੱਗਦੇ ਜਾਂ ਫੁੱਲ ਮੱਚ ਵੀ ਜਾਂਦੇ ਆ, ਤਾਂ ਫਿਰ ਇਹ ਫੁੱਲ ਉਵੇਂ ਖਿੜੇ ਰਹਿੰਦੇ ਆ, ਜਿਹਦੇ ਨਾਲ ਦਿਲ ਨੂੰ ਮਨ ਨੂੰ ਖੁਸ਼ੀ ਮਿਲਦੀ ਰਹਿੰਦੀ ਆ ਵੀ ਘਰੇ ਫੁੱਲ ਤਾਂ ਲੱਗੇ ਨੇ। ਮੈਂ ਪੂਰੀ ਮਿੱਟੀ ਨਹੀਂ ਪਾਉਂਗੀ ਗਮਲਿਆਂ ਵਿੱਚ, ਅੱਧਾ ਅੱਧਾ ਹੀ ਭਰੂੰਗੀ ਮਿੱਟੀ ਨਾਲ, ਫਿਰ ਮੈਂ ਬੂਟੇ ਲਾਉਂਗੀ ਉਹਦੇ ਵਿੱਚ, ਫਿਰ ਉੱਪਰੋਂ ਮਿੱਟੀ ਪਾਵਾਂਗੇ ਆਪਾਂ। ਹਾਂਜੀ ਇਹ ਹੈ ਜੀ ਮੇਰਾ ਡੌਗੀ, ਇਹਦਾ ਨਾਮ ਹੈਗਾ ਹੀਰੋ, ਅਤੇ ਸਾਰਾ ਦਿਨ ਮਿੱਟੀ ਵਿੱਚ ਖੇਡਦਾ ਰਹਿੰਦਾ, ਟੋਏ ਪੱਟਦਾ ਰਹਿੰਦਾ ਮਿੱਟੀ ਦੇ, ਅਤੇ ਬੂਟਿਆਂ ਨੂੰ ਵੀ ਪੱਟ ਦਿੰਦਾ ਕਈ ਵਾਰੀ, ਤਾਂ ਫਿਰ ਸਾਨੂੰ ਇਹਨੂੰ ਉੱਧਰ ਛੱਡ ਕੇ ਆਉਣਾ ਪੈਂਦਾ ਗਾ, ਅਤੇ ਹੁਣ ਇਹ ਮੇਰੇ ਨਾਲ ਲਵਾਊਗਾ ਬੂਟੇ। ਹੀਰੋ ਆ ਜਾ ਬੂਟੇ ਲਾਈਏ, ਆ ਜਾ ਬੂਟੇ ਲਾਈਏ। ਪਰ ਮੈਨੂੰ ਲੱਗਦਾ ਸ਼ਾਇਦ ਹੁਣ ਇਹਦਾ ਬੂਟੇ ਲਾਉਣ ਵਿੱਚ ਇੰਟਰਸਟ ਨਹੀਂ, ਕਿਉਂਕਿ ਇਹ ਸ਼ਾਇਦ ਚਾਹੁੰਦਾ ਹੈ ਕਿ ਹੁਣ ਮੈਂ ਗੇਟ ਤੋਂ ਬਾਹਰ ਜਾ ਕੇ ਘੁੰਮ ਫਿਰ ਆਵਾਂ, ਮੈਨੂੰ ਮੌਕਾ ਮਿਲ ਗਿਆ ਬਾਹਰ ਜਾਣ ਦਾ।
ਹੁਣ ਅਸੀਂ ਇਹ ਮਿੱਟੀ ਪੂਰੀ ਤਰ੍ਹਾਂ ਤਿਆਰ ਕਰ ਲਈ, ਗਮਲਿਆਂ 'ਚ ਪਾਉਣ ਲਈ ਇਹਨੂੰ ਪੂਰੀ ਤਰ੍ਹਾਂ ਰੈਡੀ ਕਰ ਲਿਆ, ਅਤੇ ਹੁਣ ਅਸੀਂ ਇਹਨੂੰ ਗਮਲਿਆਂ ਵਿੱਚ ਭਰਾਂਗੇ, ਅਤੇ ਗਮਲਿਆਂ ਵਿੱਚ ਭਰਨ ਲਈ ਮੇਰੇ ਹਸਬੈਂਡ ਮੇਰੀ ਮਦਦ ਕਰਨਗੇ ਤਾਂ ਜੋ ਸਾਡਾ ਕੰਮ ਛੇਤੀ ਖਤਮ ਹੋ ਜਾਏ। ਦੇਖੋ ਜੀ, ਇੰਨੀ ਇੰਨੀ ਮਿੱਟੀ ਪਾਉਣੀ ਹੈ ਗਮਲਿਆਂ ਵਿੱਚ, ਥੋੜ੍ਹੀ ਘੱਟ ਹੀ ਮਿੱਟੀ ਰੱਖਣੀ ਹੈ ਗਮਲਿਆਂ ਵਿੱਚ, ਤਾਂ ਜੋ ਜਿਹੜੀ ਆਪਾਂ ਬੂਟੇ ਲਾਉਣੇ ਆ ਜਿਹੜੇ ਉਹਦੇ ਵਾਸਤੇ ਜਿਹੜਾ ਟੋਆ ਪੱਟ ਸਕੇ, ਫਿਰ ਆਪਾਂ ਉਹਦੇ ਵਿੱਚ ਰੱਖਾਂਗੇ ਅਤੇ ਫਿਰ ਉੱਪਰੋਂ ਮਿੱਟੀ ਪਾ ਦਿਆਂਗੇ। ਥੋੜ੍ਹੀ ਘੱਟ ਹੀ ਮਿੱਟੀ ਰੱਖਿਓ। ਸਭ ਤੋਂ ਪਹਿਲਾਂ ਅਸੀਂ ਗਮਲਿਆਂ ਵਿੱਚ ਐਂ ਟੋਏ ਬਣਾ ਲਏ, ਮਿੱਟੀ ਦੇ ਵਿੱਚ ਐਂ ਟੋਏ ਬਣਾ ਲਏ, ਇਹਦੇ ਵਿੱਚ ਫਿਰ ਬੂਟੇ ਰੱਖਣੇ ਜਿਹੜੇ ਸੌਖੇ ਹੋ ਜਾਂਦੇ ਨੇ। ਅਤੇ ਸਾਡੀ ਮੰਮੀ ਨੂੰ ਵੀ ਜਿਹੜਾ ਹੈਗਾ ਗਾਰਡਨਿੰਗ ਦਾ, ਬੂਟੇ ਲਾਉਣ ਦਾ ਬਹੁਤ ਸ਼ੌਂਕ ਹੈ, ਉਹ ਵੀ ਸਾਰਾ ਦਿਨ ਸਬਜ਼ੀਆਂ ਲਾਉਂਦੇ ਰਹਿੰਦੇ ਨੇ। ਹੁਣ ਅਸੀਂ ਲਾਉਣ ਲੱਗੇ ਹਾਂ ਬੂਟਾ। ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਏਰਕਾ ਪਾਮ ਦਾ ਬੂਟਾ। ਅਤੇ ਅਸੀਂ ਨਾ ਮਿੱਟੀ ਜਿਹੜੀ ਗਮਲਿਆਂ ਵਿੱਚ ਭਰ ਲਈ ਸੀ, ਪਹਿਲਾਂ ਹੀ ਟੋਏ ਬਣਾ ਲਏ ਸੀ, ਅਤੇ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਲਿਫਾਫੇ ਨੂੰ, ਇਹਦੇ ਨੂੰ ਲਿਫਾਫਾ ਲਾ ਦਿਆਂਗੇ। ਥੋੜ੍ਹਾ ਧਿਆਨ ਨਾਲ ਕੱਟਿਓ, ਵੀ ਜੜ੍ਹਾਂ ਖਿਲਰ ਗਈਆਂ ਤਾਂ ਫਿਰ ਬੂਟਾ ਇਹ ਚੱਲਣਾ ਨਹੀਂ। ਜੇ ਥੋਤੋਂ ਇਕੱਲੇ ਤੋਂ ਇਹ ਸੈੱਟ ਨਾ ਆਵੇ ਤਾਂ ਕਿਸੇ ਦੀ ਹੈਲਪ ਲੈ ਲਓ। ਮੈਂ ਤਾਂ ਬੂਟੇ ਲਾਉਂਦੀ ਰਹਿੰਦੀ ਹਾਂ ਤਾਂ ਮੈਨੂੰ ਤਾਂ ਇਹ ਚੀਜ਼ ਦਾ ਹਿਸਾਬ ਆਇਆ ਵਿਆ। ਅਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਲਿਫਾਫੇ 'ਚੋਂ ਕੱਢ ਲਾਂਗੇ, ਅਤੇ ਫਿਰ ਆਪਾਂ ਇਹਨੂੰ ਲਾਵਾਂਗੇ ਗਮਲੇ ਦੇ ਵਿੱਚ। ਟੋਆ ਆਪਾਂ ਪਹਿਲਾਂ ਹੀ ਬਣਾਇਆ ਹੋਇਆ ਸੀ ਤਾਂ ਪਾਸਿਓਂ ਆਪਾਂ ਮਿੱਟੀ ਨੂੰ ਕਰ ਦਾਂਗੇ ਫਿੱਲ, ਪੂਰੀ ਤਰ੍ਹਾਂ ਭਰ ਦਿਆਂਗੇ। ਅਤੇ ਮਿੱਟੀ ਨੂੰ ਆਸੇ ਪਾਸਿਓਂ ਚੰਗੀ ਤਰ੍ਹਾਂ ਨੱਪ ਦਿਓ ਤਾਂ ਜੋ ਆਪਾਂ ਪਾਣੀ ਪਾਈਏ ਤਾਂ ਆਪਣਾ ਬੂਟਾ ਜਿਹੜਾ ਹਿੱਲੇ ਨਾ। ਅਤੇ ਜਿੰਨੀ ਆਪਾਂ ਨੂੰ ਲੋੜ ਹੋਈ ਆਪਾਂ ਹੋਰ ਮਿੱਟੀ ਇਹਦੇ ਉੱਪਰ ਪਾ ਦਿਆਂਗੇ ਤਾਂ ਜੋ ਆਪਣੀਆਂ ਜੜ੍ਹਾਂ ਜਿਹੜੀਆਂ ਬੂਟੇ ਦੀਆਂ ਬਾਹਰ ਨਾ ਆਉਣ, ਕਿ ਜੇ ਬੂਟੇ ਦੀ ਜੜ੍ਹ ਬਾਹਰ ਆ ਜਾਂਦੀ ਹੈ ਤਾਂ ਬੂਟਾ ਸੁੱਕ ਜਾਂਦਾ ਹੈਗਾ। ਇਸ ਬੂਟੇ ਦਾ ਕੀ ਨਾਂ ਹੈ ਤੁਸੀਂ ਸਾਰੇ ਮੈਨੂੰ ਕਮੈਂਟ ਕਰਕੇ ਦੱਸਿਓ। ਇਹਨੂੰ ਵੀ ਆਪਾਂ ਉਵੇਂ ਹੀ ਲਾਵਾਂਗੇ, ਟੋਆ ਆਪਾਂ ਪੱਟ ਲਿਆ ਸੀ ਗਮਲੇ ਦੇ ਵਿੱਚ। ਬੂਟਿਆਂ ਲਈ ਨਾ ਸਨਲਾਈਟ ਦਾ ਜਿਹੜਾ ਹੈਗਾ ਸਹੀ ਪ੍ਰਬੰਧ ਹੋਣਾ ਚਾਹੀਦਾ, ਸਹੀ ਸਨਲਾਈਟ ਬੂਟਿਆਂ 'ਤੇ ਆਉਣੀ ਚਾਹੀਦੀ ਹੈਗੀ। ਜਦੋਂ ਆਪਾਂ ਕੋਈ ਨਵਾਂ ਬੂਟਾ ਲਾਉਣੇ ਆ ਉਹਨੂੰ 3 ਤੋਂ 4 ਘੰਟੇ ਸਨਲਾਈਟ ਆਉਣੀ ਚਾਹੀਦੀ ਤਾਂ ਹੀ ਵਧੀਆ ਤਰੀਕੇ ਨਾਲ ਚੱਲਦਾ ਹੈ। ਜੇ ਕੋਈ ਆਪਾਂ ਰੂਟਸ ਵਾਲੇ ਬੂਟੇ ਲਾਉਣੇ ਆ ਜਿਵੇਂ ਗਾਜਰਾਂ ਮੂਲੀਆਂ ਹੋਈਆਂ, ਉਹਨਾਂ ਨੂੰ ਵੀ 5-6 ਘੰਟੇ ਜਿਹੜੀ ਹੈਗੀ ਹੈ ਸਨਲਾਈਟ ਜ਼ਰੂਰ ਆਉਣੀ ਚਾਹੀਦੀ ਹੈ। ਇਨਡੋਰ ਬੂਟੇ ਜਿਹੜੇ ਹੁੰਦੇ ਹੈਗੇ ਆਪਾਂ ਇਹ ਸੋਚ ਲੈਂਦੇ ਉਹਨਾਂ ਨੂੰ ਅੰਦਰ ਰੱਖ ਦਈਏ, ਹਨੇਰੇ ਵਾਲੇ ਕਮਰੇ 'ਚ ਰੱਖ ਦਈਏ, ਭਲਾ ਉਹ ਚੱਲ ਪੈਂਦੇ ਹੈਗੇ, ਪਰ ਉਹਨਾਂ ਦੀ ਓਨੀ ਵਧੀਆ ਗਰੋਥ ਨਹੀਂ ਹੋ ਸਕਦੀ ਹੁੰਦੀ ਜੇ ਉਹਨਾਂ ਨੂੰ ਸੁਬਹਾ ਅਤੇ ਸ਼ਾਮ ਜਿਹੜੀ ਹਲਕੀ ਹਲਕੀ ਧੁੱਪ ਆਉਂਦੀ ਹੈ। ਜੇ ਇਨਡੋਰ ਬੂਟਿਆਂ ਨੂੰ ਉਹ ਹਲਕੀ ਹਲਕੀ ਧੁੱਪ ਲੱਗੇ ਤਾਂ ਉਹ ਵਧੀਆ ਤਰੀਕੇ ਨਾਲ ਗਰੋਥ ਕਰਦੇ ਨੇ, ਇਸ ਕਰਕੇ ਇਨਡੋਰ ਬੂਟਿਆਂ ਨੂੰ ਵੀ ਥੋੜ੍ਹੀ ਬਹੁਤ ਸਨਲਾਈਟ ਦੀ ਜ਼ਰੂਰ ਲੋੜ ਹੁੰਦੀ ਹੈ। ਅਤੇ ਹੁਣ ਅਸੀਂ ਲਾਉਣੇ ਆ ਅਗਲਾ ਬੂਟਾ। ਬੂਟਿਆਂ ਦਾ ਸਾਨੂੰ ਸਾਰਿਆਂ ਨੂੰ ਬਹੁਤ ਸ਼ੌਂਕ ਹੈ, ਸਾਡੇ ਮੰਮੀ ਜੀ ਨੂੰ ਵੀ ਬੂਟੇ ਲਾਉਣ ਦਾ ਬਹੁਤ ਸ਼ੌਂਕ ਹੈ, ਉਹ ਵੀ ਸਾਰਾ ਦਿਨ ਹੀ ਗਾਰਡਨਿੰਗ ਕਰਦੇ ਰਹਿੰਦੇ ਹੈ, ਸਬਜ਼ੀਆਂ ਲਾਉਂਦੇ ਰਹਿੰਦੇ ਨੇ, ਕਦੇ ਚੌਲੇ ਲਿਆਏ ਤੋੜ ਕੇ, ਕਦੇ ਭਿੰਡੀਆਂ ਲਿਆਏ ਤੋੜ ਕੇ, ਸਾਰਾ ਦਿਨ ਉਹ ਵੀ ਬੂਟਿਆਂ ਦੀ ਦੇਖਭਾਲ ਕਰਦੇ ਨੇ। ਵਾਟਰ ਵਰਕਸ ਤਾਂ ਸਾਡਾ ਵੈਸੇ ਦੂਰ ਪੈ ਜਾਂਦਾ, ਪਰ ਸਾਡੇ ਫਿਰ ਵੀ ਓਨਾ ਕੁ ਪਾਣੀ ਤਾਂ ਆ ਜਾਂਦਾ ਜਿਹੜਾ ਅਸੀਂ ਆਪਦੇ ਬੂਟੇ ਨੂੰ ਪਾ ਦਈਏ, ਅਤੇ ਨਹਿਰ ਦੇ ਪਾਣੀ ਨਾਲ ਬੂਟੇ ਵਧੀਆ ਗਰੋਥ ਕਰਦੇ ਨੇ।
ਕਈ ਥਾਵਾਂ ਤੇ ਜਿਹੜਾ ਜ਼ਮੀਨੀ ਪਾਣੀ ਹੈ ਉਹ ਵੀ ਵਧੀਆ ਹੈਗਾ, ਪਰ ਕਈ ਥਾਵਾਂ ਤੇ ਪਾਣੀ ਜਿਹੜਾ ਖਾਰਾ ਹੁੰਦਾ ਹੈ ਤੇ ਉਹਦੇ ਨਾਲ ਬੂਟੇ ਸਹੀ ਤਰ੍ਹਾਂ ਗਰੋਥ ਨਹੀਂ ਕਰ ਪਾਉਂਦੇ। ਸਾਡੇ ਤਾਂ ਜ਼ਮੀਨੀ ਪਾਣੀ ਵੀ ਵਧੀਆ, ਪਰ ਫਿਰ ਵੀ ਅਸੀਂ ਜਿਹੜਾ ਨਹਿਰੀ ਪਾਣੀ ਇਹਨਾਂ ਬੂਟਿਆਂ ਨੂੰ ਪਾਉਣੇ ਆ। ਤੁਸੀਂ ਹੌਲੀ ਹੌਲੀ ਇਹ ਜਿਹੜਾ ਲਿਫਾਫਾ ਲੱਗਿਆ ਜਾਂ ਇਹ ਗੱਟੇ ਦਾ ਲੱਗਿਆ ਹੋਇਆ ਹੈਗਾ, ਬੋਰੀ ਦਾ ਲੱਗਿਆ, ਇਹਨੂੰ ਹੌਲੀ ਹੌਲੀ ਲਾਓ। ਜੇ ਤੁਸੀਂ ਕਾਹਲੀ ਕਰੋਗੇ ਨਾ ਤਾਂ ਤੁਹਾਡੀ ਜਿਹੜੀ ਬੂਟੇ ਦੀ ਜੜ੍ਹ ਹੈ, ਜਿਹੜੀ ਆ ਮਿੱਟੀ ਹੈ, ਇਹ ਸਾਰੀ ਜਿਹੜੀ ਖਿੱਲਰ ਜੂਗੀ, ਜੜ੍ਹਾਂ ਖਿੱਲਰ ਜਾਣੀਆਂ ਅਤੇ ਫਿਰ ਬੂਟਾ ਨਹੀਂ ਚੱਲਣਾ, ਉਹਦੇ ਚੱਲਣ 'ਚ ਬਹੁਤ ਪ੍ਰੋਬਲਮ ਆਊਗੀ। ਕੋਈ ਕੋਈ ਬੂਟਾ ਤਾਂ ਚੱਲ ਪੈਂਦਾ ਪਰ ਸਾਰੇ ਬੂਟੇ ਨਹੀਂ ਚੱਲਦੇ, ਇਸ ਕਰਕੇ ਉਹਨੂੰ ਹੌਲੀ ਹੌਲੀ ਲਾਓ, ਬੜੇ ਪਿਆਰ ਨਾਲ ਲਾਓ, ਕਿਉਂਕਿ ਬੂਟਾ ਵੀ ਪਿਆਰ ਅਤੇ ਕੇਅਰ ਦੋਨੇ ਚੀਜ਼ਾਂ ਦੀ ਮੰਗ ਕਰਦਾ ਹੈ। ਇਹਨਾਂ ਬੂਟਿਆਂ ਨੂੰ ਨਾ 2 ਜਾਂ 3 ਵਾਰੀ ਹਫ਼ਤੇ ਵਿੱਚ ਪਾਣੀ ਪਾਓ, ਕਿਉਂਕਿ ਜੇ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਬੂਟਾ ਮੱਚ ਜਾਂਦਾ ਹੈ। ਜੇ ਜ਼ਿਆਦਾ ਗਰਮੀ ਹੈ ਫਿਰ ਤੁਸੀਂ 1 ਵਾਰੀ ਵੱਧ ਪਾ ਸਕਦੇ ਹੋ, ਪਰ ਜੇ ਮੌਸਮ ਠੀਕ ਹੈ, ਜ਼ਿਆਦਾ ਪਾਣੀ ਪਾਈ ਜਾਓਗੇ ਤਾਂ ਫਿਰ ਇਹਦੀਆਂ ਬੂਟੇ ਦੀਆਂ ਜੜ੍ਹਾਂ ਗਲ ਜਾਣੀਆਂ ਤਾਂ ਬੂਟਾ ਨਹੀਂ ਚੱਲੂਗਾ। ਫਿਰ ਜੇ ਹੋ ਸਕੇ ਤਾਂ ਤੁਸੀਂ ਜਿਹੜੇ ਸੀਮੈਂਟ ਵਾਲੇ ਗਮਲੇ ਹੁੰਦੇ ਹੈਗੇ ਉਹਦੇ ਵਿੱਚ ਬੂਟੇ ਲਾਓ, ਕਿਉਂਕਿ ਉਹਦੀ ਜਿਹੜੀ ਪਰਤ ਹੁੰਦੀ ਹੈ ਨਾ ਉਹ ਮੋਟੀ ਹੁੰਦੀ ਹੈ, ਉਹ ਜਲਦੀ ਜਲਦੀ ਤਪਦਾ ਨਹੀਂ। ਇਹ ਪਲਾਸਟਿਕ ਵਾਲੇ ਗਮਲੇ ਨੇ, ਇਹ ਤਪ ਜਾਂਦੇ ਨੇ। ਅਸੀਂ ਤਾਂ ਇਹਨੂੰ ਕਦੇ ਵੀ ਛਾਵੇਂ ਵੀ ਰੱਖ ਲੈਂਦੇ ਹੈਗੇ, ਬਾਹਰ ਵੀ ਰੱਖਦੇ ਹੈਗੇ ਉਵੇਂ ਮੌਸਮ ਦੇ ਅਕੋਰਡਿੰਗ, ਪਰ ਜੇ ਇਹ ਧੁੱਪੇ ਪਏ ਰਹਿਣਗੇ ਤਾਂ ਇਹ ਤਪ ਜਾਂਦੇ ਨੇ, ਅਤੇ ਪਾਣੀ ਵੀ ਜਿਹੜਾ ਪਾਉਣੇ ਉਹ ਗਰਮ ਹੋ ਜਾਂਦਾ ਤਾਂ ਬੂਟੇ ਜਿਹੜੇ ਜਲਦੀ ਸੁੱਕ ਜਾਂਦੇ ਨੇ। ਅਤੇ ਜੇ ਹੋ ਸਕੇ ਤਾਂ ਤੁਸੀਂ ਉਹਨਾਂ ਗਮਲਿਆਂ ਦੇ ਵਿੱਚ ਪੌਦੇ ਲਾਓ, ਭਾਵੇਂ ਜੇ ਬਾਜ਼ਾਰ ਵਿੱਚੋਂ ਲਿਆਉਣੇ ਆ ਤਾਂ ਉਹਦੇ ਵਿੱਚ ਮਿਲਾਵਟ ਆਉਂਦੀ ਹੈ, ਸਿੰਮਦਾ ਰਹਿੰਦਾ ਹੈਗਾ, ਪਰ ਜੇ ਆਪਾਂ ਘਰੇ ਬਣਾਉਣੇ ਆ ਤਾਂ ਵਧੀਆ ਤਰੀਕੇ ਨਾਲ ਆਪਾਂ ਉਹਨੂੰ ਬਣਾ ਲੈਂਦੇ ਹਾਂ। ਜੇ ਹੋ ਸਕੇ ਤਾਂ ਤੁਸੀਂ ਉਹ ਗਮਲੇ ਬਣਾ ਕੇ ਉਹਨਾਂ ਵਿੱਚ ਬੂਟੇ ਲਾਓ। ਜਿਹੜੇ ਘੁਮਿਆਰ ਮਿੱਟੀ ਵਾਲੇ ਗਮਲੇ ਹੁੰਦੇ ਆ, ਜਿਹੜੇ ਘੁਮਿਆਰ ਬਣਾਉਂਦੇ ਆ ਮਿੱਟੀ ਦੇ ਗਮਲੇ, ਉਹ ਵੀ ਵਧੀਆ ਹੁੰਦੇ ਆ। ਸੀਮੈਂਟ ਵਾਲੇ ਗਮਲੇ ਆ ਜਿਹੜੇ ਉਹ ਵੀ ਵਧੀਆ ਹੁੰਦੇ ਆ, ਹੋ ਸਕੇ ਤਾਂ ਤੁਸੀਂ ਉਹਨਾਂ ਗਮਲਿਆਂ ਵਿੱਚ ਬੂਟੇ ਲਾਓ। ਪਰ ਜੇ ਉਹ ਗਮਲੇ ਨਹੀਂ ਤਾਂ ਬਣਵਾ ਸਕਦੇ ਤੁਸੀਂ, ਤਾਂ ਤੁਸੀਂ ਪਲਾਸਟਿਕ ਵਾਲੇ ਗਮਲਿਆਂ ਵਿੱਚ ਵੀ ਇਹ ਲਗਾ ਸਕਦੇ ਹੋ ਬੂਟੇ। ਇਹ ਥੋੜ੍ਹੇ ਸਸਤੇ ਪੈਂਦੇ ਆ ਉਹਨਾਂ ਗਮਲਿਆਂ ਨਾਲੋਂ ਜਿਹੜੇ ਆਪਾਂ ਸੀਮੈਂਟ ਦੇ ਗਮਲੇ ਘਰੇ ਬਣਾਉਣੇ ਆ, ਉਹ ਥੋੜ੍ਹੇ ਮਹਿੰਗੇ ਤਾਂ ਪੈਂਦੇ ਆ ਪਰ ਉਹ ਜ਼ਿਆਦਾ ਟਾਈਮ ਘੱਟ ਵੀ ਜਾਂਦੇ ਨੇ। ਇਹ ਵੀ ਵੈਸੇ 5 ਤੋਂ 6 ਸਾਲ ਗਮਲਾ ਚੱਲ ਜਾਂਦਾ ਹੈਗਾ ਵਧੀਆ। ਗਾਰਡਨਿੰਗ ਕਰਨਾ ਇੱਕ ਵਧੀਆ ਗੱਲ ਹੈਗੀ, ਇਹ ਤੁਹਾਡੇ ਘਰ ਨੂੰ ਵੀ ਸੋਹਣਾ ਰੱਖਦੀ ਹੈ। ਬੂਟੇ ਜਦੋਂ ਤੁਸੀਂ ਲਾਉਣੇ ਆ ਤੁਹਾਡਾ ਘਰ ਵੀ ਸੋਹਣਾ ਲੱਗਦਾ ਹੈਗਾ, ਤੁਹਾਨੂੰ ਤਾਂ ਇਹ ਸੋਹਣੇ ਲੱਗਦੇ ਹੀ ਲੱਗਦੇ ਆ। ਨਾਲ ਜਦੋਂ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਉਂਦੇ ਨੇ, ਕੋਈ ਦੋਸਤ ਆਉਂਦੇ ਨੇ, ਆਂਢੀ ਗਵਾਂਢੀ ਆਉਂਦੇ ਨੇ, ਉਹਨਾਂ ਨੂੰ ਵੀ ਸੋਹਣੇ ਲੱਗਦੇ ਨੇ, ਉਹ ਵੀ ਦੇਖ ਕੇ ਬੂਟਿਆਂ ਨੂੰ ਖੁਸ਼ ਹੁੰਦੇ ਨੇ। ਸਾਡਾ ਤਾਂ ਹੀਰੋ ਵੀ ਖੜਾ ਦੇਖੀ ਜਾਂਦਾ ਬੂਟਿਆਂ ਨੂੰ, ਇਹਨੂੰ ਵੀ ਬੜੇ ਸੋਹਣੇ ਲੱਗਦੇ ਨੇ ਅਤੇ ਪੱਟ ਵੀ ਇਹ ਦਿੰਦਾ। ਬੂਟੇ ਆਪਾਂ ਨੂੰ ਸੀਜ਼ਨ ਦੇ ਅਕੋਰਡਿੰਗ ਹੀ ਲਾਉਣੇ ਚਾਹੀਦੇ ਨੇ। ਜੇ ਆਪਾਂ ਬੇਸੀਜ਼ਨੇ ਬੂਟੇ ਲਾਉਣੇ ਆ, ਗਰਮੀ ਦੇ ਵਿੱਚ ਆਪਾਂ ਸਰਦੀ ਵਾਲਾ ਬੂਟਾ ਲਾਵਾਂਗੇ ਤਾਂ ਉਹਦੇ ਵਿੱਚ ਬੂਟੇ ਦਾ ਕਸੂਰ ਨਹੀਂ, ਆਪਣਾ ਕਸੂਰ ਹੋਊਗਾ, ਫਿਰ ਆਪਾਂ ਕਹੀ ਜਾਵਾਂਗੇ ਬੂਟਾ ਚੱਲਿਆ ਨਹੀਂ। ਤਾਂ ਇਸ ਕਰਕੇ ਆਪਾਂ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਬੂਟੇ ਲਾਉਣੇ ਆ, ਆਪਾਂ ਚਾਹੁੰਦੇ ਹਾਂ ਕਿ ਆਪਣੇ ਹੋਮ ਗਾਰਡਨ ਦੀ ਵਧੀਆ ਤਰੀਕੇ ਨਾਲ ਗਰੋਥ ਹੋਵੇ, ਤਾਂ ਆਪਾਂ ਨੂੰ ਸੀਜ਼ਨ ਦੇ ਅਕੋਰਡਿੰਗ ਹੀ ਬੂਟੇ ਲਾਉਣੇ ਚਾਹੀਦੇ ਆ। ਸੀਜ਼ਨ ਦੇ ਅਕੋਰਡਿੰਗ ਹੀ ਫਿਰ ਉਹਨਾਂ ਨੂੰ ਪਾਣੀ ਪਾਉਣਾ ਚਾਹੀਦਾ ਹੈ ਜਿਵੇਂ ਦੀ ਉਹ ਮੰਗ ਕਰਦੇ ਨੇ, ਫਿਰ ਹੀ ਬੂਟੇ ਵਧੀਆ ਤਰੀਕੇ ਨਾਲ ਚੱਲਣਗੇ। ਇਸ ਗਮਲੇ ਵਿੱਚ ਮਿੱਟੀ ਘੱਟ ਹੈ, ਇਹਦੇ ਵਿੱਚ ਮੈਂ ਹੋਰ ਮਿੱਟੀ ਪਾਉਂਗੀ। ਆਪਣੀਆਂ ਜੜ੍ਹਾਂ ਜਿਹੜੀਆਂ ਬੂਟੇ ਦੀਆਂ ਉਹ ਬਾਹਰ ਰਹਿ ਚੁੱਕੀਆਂ, ਦੇਖੋ ਤੁਸੀਂ।
ਤੁਸੀਂ ਗਮਲਿਆਂ ਨੂੰ ਪਹਿਲਾਂ ਹੀ ਉੱਥੇ ਰੱਖ ਲਓ ਜਿੱਥੇ ਤੁਸੀਂ ਉਹਨਾਂ ਨੂੰ ਰੱਖਣਾ ਹੈ, ਜਿੱਥੇ ਤੁਸੀਂ ਉਹਨਾਂ ਨੂੰ ਲਾਉਣਾ ਹੈ, ਕਿਉਂਕਿ ਜੇ ਤੁਸੀਂ ਉਹਨਾਂ ਵਿੱਚ ਪਾਣੀ ਪਾ ਦਿਓਗੇ ਹੋਰ ਥਾਂ 'ਤੇ ਰੱਖ ਕੇ ਲਾਓਗੇ ਤਾਂ ਫਿਰ ਉਹ ਗਮਲੇ ਭਾਰੇ ਹੋ ਜਾਣਗੇ ਅਤੇ ਜਿਨ੍ਹਾਂ ਨੂੰ ਚੱਕਣ ਵਿੱਚ ਬਹੁਤ ਪ੍ਰੋਬਲਮ ਆਊਗੀ, ਮੁਸ਼ਕਲ ਆਊਗੀ। ਇਸ ਕਰਕੇ ਤੁਸੀਂ ਪਹਿਲਾਂ ਹੀ ਗਮਲਿਆਂ ਨੂੰ ਉੱਥੇ ਰੱਖ ਲਓ ਜਿੱਥੇ ਤੁਸੀਂ ਉਹਨਾਂ ਨੂੰ ਲਾਉਣਾ ਹੈ, ਉੱਥੇ ਸੈੱਟ ਕਰ ਲਓ, ਫਿਰ ਬਾਅਦ ਵਿੱਚ ਤੁਸੀਂ ਉਹਦੇ ਵਿੱਚ ਪਾਣੀ ਪਾ ਦਿਓ। ਹਾਂਜੀ, ਹੁਣ ਮੈਂ ਸਾਰੇ ਬੂਟੇ ਲਾ ਲਏ ਨੇ, ਗਮਲੇ ਇੱਥੇ ਸੈੱਟ ਕਰ ਲਏ ਨੇ, ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਪਾਣੀ। ਪਾਣੀ ਪਾਉਣ ਦੇ ਸਮੇਂ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ ਹੋਰ ਕਿੰਨੀ ਮਿੱਟੀ ਪਾਉਣ ਦੀ ਲੋੜ ਹੈ ਹਜੇ ਗਮਲੇ ਵਿੱਚ, ਕਿਉਂਕਿ ਜਦੋਂ ਪਾਣੀ ਪਾਉਣੇ ਆ ਤਾਂ ਮਿੱਟੀ ਜਿਹੜੀ ਥੱਲੇ ਨੂੰ ਹੋ ਜਾਂਦੀ ਹੈ। ਹਾਂਜੀ, ਹੁਣ ਮੈਂ ਤੁਹਾਡੇ ਤੋਂ ਲੈਂਦੀ ਹਾਂ ਆਗਿਆ। ਸਤਿ ਸ਼੍ਰੀ ਅਕਾਲ ਜੀ।